ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਚਾਰ ਪੈਰ ਦੇ ਰਾਤ ਸਤਿਗੁਰਾਂ ਸੁੱਖਾਂ ਦੀ ਬਤੀਤ ਕੀਤੀ ਹੈ। ਅੱਜ ਦਾ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਕਿਰਪਾ, ਅਪਾਰ ਬਖਸ਼ਿਸ਼ ਹੋਈ ਹੈ। ਸਾਧ ਸੰਗਤ ਜੀ, ਬੜਾ ਕੱਲ੍ਹ ਦਾ ਦਿਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਆਪਦਾ ਸੀਸ ਬਲੀਦਾਨ ਦਿੱਤਾ ਹੈ। ਉਹਨਾਂ ਦੀਆਂ ਯਾਦਾਂ ਦੇ ਵਿੱਚ ਨਗਰ ਕੀਰਤਨ ਅੰਮ੍ਰਿਤ ਵੇਲੇ ਇੱਕ ਇੱਥੋਂ ਰਵਾਨਾ ਹੋ ਕੇ ਅੱਗੇ ਨੂੰ ਚਾਲਾ ਮਾਰਿਆ ਹੈ। ਰਗਰੇਟਾ ਗੁਰੂ ਕਾ ਬੇਟਾ ਮਹਾਰਾਜ ਦਾ ਏਡੀ ਵੱਡੀ ਪ੍ਰਾਪਤੀ ਭਾਈ ਜੈਤਾ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਕੀਤੀ ਹੈ। ਜਿਨ੍ਹਾਂ ਸਮਿਆਂ ਦੇ ਵਿੱਚ ਸ਼ਹਾਦਤ ਹੋਈ ਹੈ ਉਹ ਜ਼ਾਲਮ ਲੋਕ ਜ਼ੁਲਮ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਖਲੋਤੇ, ਤਾਂ ਜਿਸ ਵੇਲੇ ਔਰੰਗਜ਼ੇਬ ਬਹੁਤ ਇੱਕ ਮਾੜਾ ਬਾਦਸ਼ਾਹ ਸੀ, ਜਿਨ੍ਹਾਂ ਨੇ ਛੋਟੇ ਛੋਟੇ ਬੱਚੇ, ਗੁਰੂ ਸਾਹਿਬ ਦਾ ਸਾਰਾ ਹੀ ਪਰਿਵਾਰ ਸਿੱਖੀ ਤੋਂ, ਹਿੰਦੂ ਧਰਮ ਤੋਂ ਵਾਰਿਆ ਹੈ, ਪਰ ਉਹ ਐਡਾ ਜ਼ਾਲਮ ਸਖਤ ਲੋਕ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਪਿੰਜਰੇ ਦੇ ਵਿੱਚ ਕੈਦ ਕੀਤਾ ਹੈ, ਬਹੁਤ ਸਰੀਰ ਦੇ ਵਿੱਚ ਕਿੱਲ ਲਾਏ ਸੀ, ਅੰਦਰ ਖੁੱਭਦੇ ਸੀ ਸਰੀਰ ਦੇ ਵਿੱਚ, ਬੜੇ ਤਸੀਹੇ ਦਿੱਤੇ। ਪਹਿਲੀ ਸ਼ਹੀਦੀ ਭਾਈ ਮਤੀ ਦਾਸ ਜੀ ਨੂੰ ਸਾਹਮਣੇ ਚੌਂਕ ਦੇ ਵਿੱਚ ਖਿਲਾਰ ਕੇ ਜੋ ਸਿਰ ਦੇ ਉੱਤੇ ਆਰਾ ਰੱਖਿਆ ਹੈ, ਭਾਈ ਮਤੀ ਦਾਸ ਨੂੰ ਪੁੱਛਿਆ ਗਿਆ, ਭਾਈ ਸਾਹਿਬ ਤੁਹਾਡੀ ਕੋਈ ਖਾਸ, ਤੁਹਾਡੇ ਸਿਰ 'ਤੇ ਆਰਾ ਰੱਖਣਾ, ਤੁਹਾਨੂੰ ਚੀਰਨਾ ਆਰੇ ਦੇ ਵਿੱਚ, ਫੱਟਿਆਂ ਦੇ ਵਿੱਚ ਬੱਧਾ ਹੈ, ਕੋਈ ਦਿਲ ਦੀ ਆਪਦੀ ਖਾਹਿਸ਼ ਦੱਸੋ। ਕਹਿਣ ਲੱਗੇ ਖਾਹਿਸ਼ ਇੰਨੀ ਹੈ, ਇੱਕ ਤਾਂ ਜਿਹੜਾ ਮੇਰਾ ਮੁੱਖ ਹੈ ਮੇਰੇ ਗੁਰੂ ਵੱਲੇ ਕਰ ਦਿਓ, ਅਤੇ ਦੂਜੀ ਬੇਨਤੀ ਇਹ ਆ ਵੀ ਜਦੋਂ ਆਰਾ ਮੇਰੇ ਸਿਰ 'ਤੇ ਰੱਖਣਾ ਹੈ ਤਾਂ ਬਹੁਤ ਪ੍ਰੇਮ ਨਾਲ ਆਰਾ ਫੇਰਨਾ ਹੈ। ਉਧਰੋਂ ਮੈਂ ਜਾਪ ਸ਼ੁਰੂ ਕਰਦਾ, ਜਪਜੀ ਸਾਹਿਬ ਦਾ ਪਾਠ, ਉਹ ਗੁਰਬਾਣੀ ਦੀ ਸਪੂਰਤਾ ਹੀ ਹੋ ਜਾਵੇ ਅਤੇ ਉਧਰੋਂ ਆਰਾ ਮੇਰੇ ਸਿਰ 'ਤੇ ਤਾਂ ਰੱਖ ਕੇ ਅਤੇ ਥੱਲੇ ਸਰੀਰ ਨੂੰ ਦੋ ਫਾੜ ਕਰ ਦੇਵੇ। ਸਾਧ ਸੰਗਤ ਜੀ, ਜ਼ਾਲਮ ਨੇ ਆਰਾ ਰੱਖ ਦਿੱਤਾ ਸਿਰ ਦੇ ਉੱਤੇ ਭਾਈ ਮਤੀ ਦਾਸ ਦੇ, ਅਤੇ ਉੱਧਰ ਬਾਬਾ ਜੀ ਨੇ ਪਾਠ ਸ਼ੁਰੂ ਕਰ ਦਿੱਤਾ ਹੈ। ਜਪਜੀ ਸਾਹਿਬ ਜੀ ਦਾ ਪਾਠ ਦਾ ਭੋਗ ਪਿਆ ਹੈ ਅਤੇ ਸਰੀਰ ਵੀ ਦੋ ਫਾੜੇ ਹੋ ਗਿਆ ਹੈ। ਦੋਹਾਂ ਫਾੜਿਆਂ ਦੇ ਵਿੱਚੋਂ ਅਗੰਮੀ ਆਵਾਜ਼ਾਂ ਆ ਰਹੀਆਂ, ਜਪਜੀ ਸਾਹਿਬ ਦਾ ਭੋਗ ਪੈ ਰਿਹਾ ਹੈ, ਸਲੋਕ ਪੜ੍ਹ ਰਿਹਾ ਹੈ। ਸਾਧ ਸੰਗਤ ਜੀ, ਇਹ ਜਿਹੜੇ ਗੁਰੂ ਮਹਾਰਾਜ ਦੇ ਸਿੱਖ ਸ਼ਹਾਦਤਾਂ ਦੇ ਕੇ ਸਿੱਖੀ ਨੂੰ ਬਰਕਰਦਾਰ ਰੱਖਣਾ ਬੜਾ ਵੱਡਾ ਉਹ ਟਾਈਮ ਸਮਾਂ ਸੀ। ਇਸੇ ਤਰ੍ਹਾਂ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਬੰਨ ਕੇ ਸਾੜਿਆ ਹੈ, ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਆਲੂ ਵਾਂਗੂੰ ਉਬਾਲ ਕੇ ਰੱਖ ਦਿੱਤਾ ਹੈ, ਮਾਸ ਅੱਡ ਹੋ ਗਿਆ ਹੱਡੀਆਂ ਤੋਂ, ਤਾਂ ਸ਼ਹੀਦੀ ਪਾਉਣ ਲੱਗਿਆ ਮਹਾਰਾਜ ਦੇ ਬਾਣੀ ਦੀ ਆਵਾਜ਼, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਸਾਧ ਸੰਗਤ ਜੀ,
ਜਿਹੜੇ ਇੱਥੇ ਯਾਦ ਕਰ ਰਹੇ ਸੀ ਬਾਬਾ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਜਦੋਂ ਸਮਾਂ ਬਣਿਆ ਭਾਈ ਜੈਤਾ ਜੀ ਇੱਥੇ ਸੀਸ ਲੈ ਕੇ ਆਏ ਅਤੇ ਪੁੱਛਿਆ ਤੂੰ ਕੌਣ ਆ? ਉਹਨਾਂ ਸਿੱਖਾਂ ਨੇ ਆਖਿਆ, ਬਾਬਾ ਜੀ ਨੇ ਆਖਿਆ, ਮੈਂ ਗੁਰੂ ਕਾ ਸਿੱਖ ਹਾਂ। ਤੂੰ ਇਸ ਵੇਲੇ ਕਿੱਧਰ ਹੈ? ਇਹ ਜੰਗਲ ਦੇ ਵਿੱਚ ਇੱਧਰ ਨੂੰ ਤਾਂ ਕੋਈ ਆ ਨਹੀਂ ਰਿਹਾ, ਕੋਈ ਆਉਂਦਾ ਨਹੀਂ ਇੱਧਰ ਨੂੰ। ਜਿਸ ਵੇਲੇ ਉਹ ਵੇਖਿਆ ਲਪੇਟਿਆ ਹੋਇਆ ਸੀਸ ਵਿੱਚ ਵਸਤਰ ਕੱਪੜੇ ਦੇ ਅਤੇ ਪੁੱਛਿਆ ਵੀ ਹਾਂ ਕੀ ਆ ਤੇਰੇ ਕੋ? ਕਹਿਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਹੈ। ਲਹੂ ਦਾ ਕੱਪੜਾ ਵੇਖਿਆ, ਭੇਜਿਆ, ਲਿਬੜਿਆ ਅਤੇ ਮਨ ਦੇ ਵਿੱਚ ਵਿਰਾਗ ਵੀ ਆਇਆ, ਧਾਹ ਨਿਕਲ ਗਈ ਅੰਦਰੋਂ, ਧਾਹ ਨਿਕਲ ਗਈ। ਹੇ ਗੁਰੂ ਤੇਗ ਬਹਾਦਰ ਸਾਹਿਬ, ਮੈਂ ਤੁਹਾਨੂੰ ਇੱਦਾਂ ਥੋੜ੍ਹਾ ਦਰਸ਼ਨ ਕਹਿਣ ਨੂੰ ਕਿਹਾ ਸੀਗਾ, ਸਰੀਰ ਕਰਕੇ ਦਰਸ਼ਨਾਂ ਦੀ ਲੋੜ ਮੈਂ ਲੋਚਦਾ ਰਿਹਾ ਅਤੇ ਇਸ ਤਰ੍ਹਾਂ ਦਰਸ਼ਨ ਫਿਰ ਵੀ ਮੇਰੇ ਧੰਨ ਭਾਗ ਮਹਾਰਾਜ, ਇਹ ਭੁੱਲਿਆ ਟੁੱਕਾ ਸਿੱਖ ਦਰਸ਼ਨ ਕਰਾਉਣ ਵਾਸਤੇ ਆਪਦਾ ਸੀਸ ਇੱਥੇ ਲੈ ਕੇ ਆਇਆ ਹੈ। ਬਹੁਤ ਆਦਰ ਮਾਣ ਕੀਤਾ ਸਿੱਖ ਦਾ, ਉੱਚਾ ਥੜਾ ਬਣਾ ਕੇ ਮਿੱਟੀ ਦਾ ਉੱਤੇ ਬਸਤਰ ਵਸਾ ਕੇ ਗੁਰੂ ਸਾਹਿਬ ਦੇ ਸੀਸ ਨੂੰ ਟਿਕਾ ਦਿੱਤਾ ਹੈ। ਆਪ ਦੋਵੇਂ ਬੈਠ ਕੇ ਸਾਰੀ ਰਾਤ ਸੋਗ ਦੀਆਂ ਗੱਲਾਂ ਗੁਰੂ ਸਾਹਿਬ ਦੇ ਦਿੱਲੀ ਦਾ ਸਾਕਾ ਸੁਣਦਾ ਰਿਹਾ, ਪੁੱਛਦਾ ਰਿਹਾ ਹੈ। ਰਾਤ ਲੰਘਾਈ ਆ, ਜਦੋਂ ਬਾਬਾ ਜੀ ਕਥਾ ਕਰਦੇ ਸੀ, ਗੱਲ ਚੱਲਿਆ ਸੀਸਗੰਜ ਗੁਰਦੁਆਰਾ। ਬਾਬਾ ਜੀ ਦਾ ਸੀਸ ਇੱਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਅਤੇ ਸੀਸਗੰਜ ਗੁਰਦੁਆਰੇ ਕਿੰਨੇ ਮਹਾਰਾਜ ਨੇ ਪ੍ਰਗਟ ਕਰ ਦਿੱਤੇ, ਬਣਾ ਦਿੱਤੇ। ਜਿੱਥੇ ਜਿੱਥੇ ਬਾਬਾ ਜੀ ਦਾ ਸੀਸ ਲੈ ਕੇ ਰਾਤ ਰਹਿ ਗਏ ਬਾਬਾ ਜੀ, ਉੱਥੇ ਉੱਥੇ ਸੀਸਗੰਜ ਗੁਰਦੁਆਰੇ ਬਣ ਗਏ। ਹਾਂ ਸੰਗਤ ਜੀ, ਇਹ ਮਹਾਰਾਜ ਦੇ ਸੀਸ ਬਲੀਦਾਨ ਦੇ ਇਹ ਦਾਨ ਕੋਈ ਛੋਟਾ ਮੋਟਾ ਨਹੀਂ। ਸੀਸ ਭੇਟ ਯਾਤਰਾ ਆਪਾਂ ਦਰਸ਼ਨ ਵੇਲੇ ਕਰਦੇ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਿਆਂ ਕਰਦੇ ਹਾਂ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਇਹ ਸੇਵਾ ਜਿਹੜੀਆਂ ਸੰਗਤਾਂ ਰਲ ਕੇ ਆਪਾਂ ਬਾਬਾ ਜੀ ਦੇ ਸੀਸ ਦੇ ਨਾਲ ਨਗਰਾ ਕੀਰਤਨ ਦੇ ਆਉਂਦੇ ਹਾਂ, ਇਹ ਵੀ ਵੱਡੀਆਂ ਵੱਡੀਆਂ ਸੇਵਾਵਾਂ। ਅਤੇ ਜਿਹੜੇ ਗੁਰਮੁਖ ਪਿਆਰੇ ਬਈ ਆਏ ਹੋਏ ਨਗਰ ਕੀਰਤਨਾਂ ਦਾ, ਆਓ ਭਾਰਤ ਸੇਵਾ ਕਰਕੇ ਦੇਗ ਲੰਗਰ ਜਲ ਪਾਣੀ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਅਤੇ ਗੁਰੂ ਸਾਹਿਬ ਜੀ ਨੂੰ ਆਓ ਜੀ ਕਹਿੰਦੇ, ਸਤਿਗੁਰ ਦੇ ਪ੍ਰੇਮ ਭਾਵਨਾ ਦੇ ਨਾਲ ਸੰਗਤਾਂ ਰਾਤੀ ਜਦੋਂ ਆਏ ਹਾਂ, ਅਵਾ ਥੋੜ੍ਹਾ ਜਿਹਾ ਹਨੇਰਾ ਹੋ ਹੀ ਗਿਆ, ਪਰ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਬੜੇ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਸੀਸ ਭੇਟ ਯਾਤਰਾ ਦੇ ਦਰਸ਼ਨ ਕੀਤੇ। ਕਹਿੰਦੇ ਜਿਵੇਂ ਘੜੇ ਦੇ ਵਿੱਚ, ਮਿੱਟੀ ਦੇ ਘੜੇ ਦੇ ਵਿੱਚ ਤੇੜ ਆਈ ਹੈ, ਉਹ ਦਿਸਣੀ ਨਹੀਂ, ਉਹ ਪਤਾ ਨਹੀਂ ਲੱਗਦਾ, ਪਰ ਤੇੜ ਹੈ, ਦਿਸ ਨਹੀਂ ਰਹੀ। ਜਦੋਂ ਉਹਦੇ ਵਿੱਚ ਪਾਣੀ ਪਾਉਂਦੇ ਹਾਂ ਤਾਂ ਉਹ ਨਿਕਲ ਜਾਂਦਾ, ਚਲੇ ਜਾਂਦਾ ਪਾਣੀ, ਖਾਲੀ ਹੋ ਜਾਂਦਾ ਘੜਾ। ਇਹ ਸਰੀਰ ਘੜਾ ਪਰਮੇਸ਼ਰ ਨੇ ਦਿੱਤਾ ਅਤੇ ਸਾਧ ਸੰਗਤ ਜੀ, ਜਦੋਂ ਇਹ ਪਾਣੀ ਰੂਪ ਸਵਾਸ ਪਾਏ ਨੇ, ਜਿਵੇਂ ਟੁੱਟੇ ਘੜੇ ਦੇ ਵਿੱਚੋਂ, ਤੇੜ ਵਾਲੇ ਘੜੇ ਦੇ ਵਿੱਚੋਂ ਪਾਣੀ ਨਿਕਲ ਜਾਂਦਾ, ਘੜਾ ਖਾਲੀ ਹੋ ਜਾਂਦਾ ਹੈ, ਅਤੇ ਪਾਣੀ ਵੀ ਸਵਾਸ ਜਿਹੜੇ ਪਾਣੀ ਨੇ, ਇਹ ਜਦੋਂ ਘੜਾ ਸਵਾਸ ਖਤਮ ਹੋ ਗਏ ਤਾਂ ਘੜਾ ਖਾਲੀ ਹੋ ਜਾਣਾ, ਚਲੇ ਜਾਣਾ ਦੁਨੀਆਂ ਤੋਂ, ਮੁੜ ਕੇ ਦੁਨੀਆਂ 'ਤੇ ਆਉਣਾ ਹੈ? ਆਉਣਾ ਹੀ ਨਹੀਂ।
आया ही नहीं जाना। कहीं देखो कितने ने तेरे वाट वडेरे किधर चले गए जिहड़े वड्डे वड्डे सी, नहीं पता। सतगुरु जी ने आपां नूं मनुखां दे ही दित्ती है, ये दित्ती कादे नहीं, वो कहिंदे अवर काज तेरे किते ना काम मिल साध संगत भज केवल नाम। कहिंदे ये जिहड़ा मनुख दे ही बनाई ये मनुख केवल एक नाम सिमरन वास्ते दित्ती है तेनू। जदों माता दे गर्भ दे विच सी उत्थे परमेश्वर दा सिमरन दित्ता सी, परमेश्वर ने सिमरन करदा सी, जीव स्वास स्वास उहनूं चेते करदा सी, पर कुंभी नरक दे विच सी उत्थे माता दे गर्भ दे विच, नरक दे विच सी, कुंभी नरक च माता दा मल मूत्र नासा राही वगदा सी। इहदे सिर थले नूं सी, पैर उपर नूं सी, पुट्ठा लटकदा सी माता दे गर्भ दे विच। उत्थे स्वास स्वास परमेश्वर नूं याद करदा सी, हे वाहिगुरु परमेश्वर, हे काल पुरख, ऐस जसन अगड़ी दे विचों मैनूं रख लै, ते सदा वास्ते मैं तेनूं भुलदा नहीं, जाप करूं तेरा, याद करता रहूं तेनू। फिर भुल गया, खाण पीण वालियां गल्लां दुनियादारी दियां गल्लां चेते रह गईयां, पर जिहड़ा आउण वाला समा सी उहनू नहीं याद कीता वी उह वी घड़ियां आउणियां। सतगुरु की कृपा दे नाल साध संगत जी ये समा जिहड़ा है हर एक ते ही आया है। ब्रह्म ज्ञानी की कथा कर रहा सी बाबा जी, धन बाबा बुढ़ा साहब जी ब्रह्म ज्ञानी जिन्हें छिया पातशाही नूं तिलक लाए आ, किन्नी लंबी आजू होगी बाबा बुढ़ा साहब जी दी, ते जाना उन्हां नूं पिया, गुरुआं नूं जाना पिया, औलियां पीरां पैगंबरां नूं जाना पिया दुनिया दे उत्तों। पर उन्हां गुरु नूं चेते रख्या है, गुरु नूं ध्याया है, आउण वाला समा जिहड़ा अगले घर जाण वाला है उहदा चेता रख्या है कि आउणा है जाणा है। घलदा ओ जीव नूं घलदा जा मनुख, तेरे वर्गा नूं मैं घलिया बना के दुनिया ते जा, जिहड़ी उह आवाज़ आ उहदा चेते कर लिया भी मेरे वर्गा दुनिया ते कोई नहीं आया, मैं ही हाँ मेरे अंदर, मैं इहनूं चेते रख लिया। पर सतगुरु जी कहिंदे मैं मेरी नूं मार के निक्की करके कुट, जिहड़ी मैं आ ना इहनूं मार ला, मरनी किवें आए, मारनी मरनी बड़ी औखी है। जिन्ना चिर अंदर नहीं जीव जांदा आपदे हिरदे दे विच, ध्यान नहीं धरदा, नहीं सिमरन करदा, नहीं बाणी पढ़दा, नहीं गुरु दे भय दे विच आउंदा, नहीं परमेश्वर दा चेता, ते फिर उहदे साकत पुरश बन गया, साकत बन गया। इह परमेश्वर नूं ਤਾਂ ਕਰਕੇ ਪਰਮੇਸ਼ ਕਹਿੰਦਾ ਚੇਤਾ ਹੈ ਤੇ ਚੇਤ ਲੈ, ਚੇਤ ਲੈ ਇਹਨੂੰ, ਚੇਤਾ ਕਰ ਵੀ ਮੈਂ ਅੱਗੇ ਜਾਣਾ ਹੈ। ਅਗਲਾ ਸਮਾਂ ਜਿਹੜਾ ਉੱਥੇ ਨਾ ਮਾਂ ਨਾ ਭੈਣ ਨਾ ਭਾਈ ਨਾ ਅੰਗ ਨਾ ਸਾਗ ਨਾ ਸੱਜਣ ਨਾ ਮਿੱਤਰ, ਉੱਥੇ ਕੀ ਕਹਿੰਦੇ ਉੱਥੇ ਨਾਮ ਨੇ ਸਹਾਇਤਾ ਕਰਨੀ, ਜਿੱਥੇ ਨੇ ਕੋਈ ਮਾਤ ਪਿਤਾ, ਮਾਂ ਪਿਤਾ ਦੇ ਬਹੁਤਾ ਪਿਆਰ ਹੁੰਦਾ ਬੱਚੇ ਨਾਲ, ਪਰ ਉੱਥੇ ਉਹ ਵੀ ਨਹੀਂ ਸਹਾਈ ਹੋ ਸਕਦੇ। ਉੱਥੇ ਤਾਂ ਕੇਵਲ ਅਤੇ ਕੇਵਲ ਇੱਕ ਨਾਮ ਪ੍ਰਭੂ ਦਾ ਹੈ, ਕੋਈ ਮਹਾਂਪੁਰਖ ਸਾਧੂ ਜਾਣਾ ਜਿਨ੍ਹਾਂ ਦਾ ਬਚਨ ਮੰਨ ਕੇ ਆਪਾਂ ਇਸ ਪਾਸੇ 'ਤੇ ਤੁਰ ਪਏ। ਨਾਮ ਰਹੋ ਸਾਧੂ ਰਹੋ, ਰਹੋ ਗੁਰੂ ਗੋਬਿੰਦ,
ਜਿਹੜੀਆਂ ਚੀਜ਼ਾਂ ਰਹਿਣ ਵਾਲੀਆਂ ਹੈ ਉਹਨਾਂ ਦਾ ਧਿਆਨ ਧਰ ਜੀਵ, ਇਹ ਤੂੰ ਫਿਰ ਤਾਂ ਇਹ ਤੇਰਾ ਬੇੜਾ ਪਾਰ ਲੱਗਦਾ। ਜੇ ਤੂੰ ਉਹ ਚੇਤਾ ਨਹੀਂ ਕਰਨਾ, ਦੁਨੀਆਦਾਰੀ 'ਚ ਰਹਿਣਾ ਉਹਨੂੰ ਭੁਲਾਤਾ। ਬਾਬਾ ਜੀ ਨੇ ਕਿੰਨੀਆਂ ਧਾਰਨਾ ਕਥਾ ਦੇ ਵਿੱਚ ਆਪਾਂ ਨੂੰ ਸਮਝਾਉਣ ਵਾਸਤੇ, ਇਹ ਵਚਨ ਕਰਨ ਵਾਸਤੇ, ਗੁਰੂ ਦੇ ਲਾਗੇ ਲੱਗ ਜਾਵੇ ਜੀਵ ਮਨੁੱਖ ਅਤੇ ਕਿੰਨੀਆਂ ਧਾਰਨਾ ਦੇ ਆਪਾਂ ਨੂੰ ਸਮਝਾਇਆ। ਜਿਵੇਂ ਮੇਲੇ ਦੇ ਵਿੱਚ ਆਪਾਂ ਛੋਟਾ ਜਿਹਾ ਬੱਚਾ ਇੱਕ ਲੈ ਜਾਂਦੇ ਹਾਂ, ਜਿਸ ਵੇਲੇ ਆਪਾਂ ਉਹਨੂੰ ਵਸਾਰ ਦਿੰਦੇ, ਉਂਗਲੋਂ ਦੀ ਛੱਡ ਦਿੰਦੇ ਹਾਂ, ਅਤੇ ਉਹ ਲੱਭਦਾ ਹੀ ਨਹੀਂ। ਫਿਰ ਸ਼ਤੇਜ 'ਤੇ ਆਵਾਜ਼ਾਂ ਮਾਰਦੇ ਆ, ਜਾਂ ਛੋਟਾ ਜਿਹਾ ਬੱਚਾ ਕਿਸੇ ਦਾ ਗੁਆਚ ਗਿਆ, ਵੀ ਇਹਨੂੰ ਆਣ ਕੇ ਲੈ ਜਾਓ ਸ਼ਤੇਜ ਤੋਂ। ਇਹ ਤਾਂ ਦੁਨੀਆਦਾਰੀ, ਇੱਥੇ ਤਾਂ ਆਵਾਜ਼ ਵੱਧ ਗਈ ਆ। ਉਹ ਅੱਗੇ ਤਾਂ ਕੋਈ ਆਵਾਜ਼ ਮਾਰਨ ਵਾਲਾ ਵੀ ਕੋਈ ਨਹੀਂ, ਵੀ ਤੁਹਾਡਾ ਬੱਚਾ ਗੁਆਚ ਗਿਆ, ਤੁਹਾਡੀ ਕੋਈ ਰੂਹ ਗੁਆਚ ਗਈ ਆ, ਇਹਨੂੰ ਲੈ ਜਾਓ। ਅੱਗੇ ਤਾਂ ਆਪੋ ਆਪਣੇ ਜੀ ਦਾ ਨਿਬੇੜਾ ਹੈ, ਆਪਣੇ ਜੀ ਤੋਂ ਲੇਖਾ ਲੈਣਾ ਹੈ। ਉੱਥੇ ਕੋਈ ਨਹੀਂ ਸੱਜਣ ਮਿੱਤਰ, ਕੋਈ ਉੱਥੇ ਹੈਂਕੜ ਨਹੀਂ, ਕੋਈ ਉੱਥੇ ਕੋਈ ਚੀਜ਼ ਨਹੀਂ, ਚਾਰਾ ਨਹੀਂ ਕੋਈ ਚੱਲ ਸਕਦਾ। ਤੇਰਾ ਸਰੀਰ ਘਰ ਨਹੀਂ ਗਾ, ਤੂੰ ਸਰੀਰ ਘਰ ਕਰਕੇ ਬਣਾ ਕੇ ਬੈਠਾ। ਤੇਰਾ ਘਰ ਤਾਂ ਮੜੀ ਆ, ਗੋਰ ਮੜੀ ਨੂੰ ਕਿਹਾ, ਜਿੱਥੇ ਸਦਾ ਦੀ ਨੀਂਦ ਵਾਸਤੇ ਜਾ ਕੇ ਸੌਂ ਜਾਣਾ, ਮੁੜ ਕੇ ਮਨੁੱਖ ਆਉਣਾ ਹੀ ਨਹੀਂ, ਬਣਨਾ ਹੀ ਨਹੀਂ, ਉਹ ਬਰਲੱਭ ਹੈ। ਮਾਨਸ ਦੇਈ, ਮਨੁੱਖ ਦੇਈ, ਬੰਦਾ ਦੇਈ, ਇਹ ਤਾਂ ਭਾਗਾਂ ਨਾਲ ਮਿਲੀ ਆ। ਉਹ ਪੂਰਬਲਾ ਕਰਮ ਲਿਖਿਆ ਕੋਈ ਅੱਗੇ ਜਰੀਬ ਮਨੁੱਖ ਦੇ ਆਇਆ ਹੈ, ਅਤੇ ਉਹ ਮਨੁੱਖਾ ਦੇਈ ਦਿੱਤੀ ਹੈ। ਤੈਨੂੰ ਮਨੁੱਖ ਬਣਾਇਆ ਹੈ, 84 ਲੱਖ ਜੂਨ ਆ ਪਰਮੇਸ਼ਰ ਨੇ ਬਣਾਈ। ਕਹਿੰਦੇ ਵੇਖ ਆਪਦੇ ਲਈ ਧਿਆਨ ਮਾਰ ਕੇ ਵੇਖ, ਤੇਰੇ ਕੋਲ ਕੋਈ ਹੈ ਜੀਵ? ਤੂੰ ਇਸ ਚੀਜ਼ਾਂ ਦੇ ਧਿਆਨ ਮਾਰ ਕੇ ਵੇ, ਤੇਰੇ ਵਰਗਾ ਕੋਈ ਬਣਾਇਆ? ਸਤਿਗੁਰੂ ਜੀ ਕਹਿੰਦੇ ਚੀਟੀ 'ਤੇ ਕੁੰਚਰ ਉਸਤੂਲਾ, ਚੀਟੀ 'ਤੇ ਕੁੰਚਰ ਉਸਤੂਲਾ, ਸਭ ਪਰ ਕਿਰਪਾ ਦ੍ਰਿਟ ਕਰ ਫੂਲਾ। ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਕਿੱਡਾ ਜਾਨਵਰ ਆ, ਕੀੜੀ ਨਿਗਾਹ ਜਿਹਾ ਜਾਨਵਰ ਆ। ਕਹਿੰਦੇ ਉਹ ਤੋਂ ਲੈ ਕੇ ਹਾਥੀ ਤੱਕਰ ਸਭ 'ਤੇ ਨਿਗਾਹ ਹੈ। ਕੀੜੀ ਦਾ ਤਾਂ ਇੱਕ ਉਦਾਹਰਨ ਦੇ ਦਿੱਤੀ ਹੈ ਨਾ, ਉਹ ਤੋਂ ਛੋਟੇ ਵੀ ਦਲ ਜਾਨਵਰ ਸੂਸਮ ਹੈ, ਜਿਹੜੇ ਵਾਜੂ ਮੰਡਲ 'ਚ ਆਪਾਂ ਨੂੰ ਦੱਸ ਨਹੀਂ ਰਹੇ, ਜਲ ਦੇ ਵਿੱਚ ਵੀ ਬਹੁਤ ਸੂਸਮ ਜੀ ਹਨ। 42 ਲੱਖ ਜੂ ਪਾਣੀ ਦੇ ਵਿੱਚ ਹੈ, 42 ਲੱਖ ਵਾਜੂ ਮੰਡਲ ਦੇ ਉੱਤੇ ਆ, ਪਰ ਉਹ ਆਪਾਂ ਨੂੰ ਦਿਸਦੇ ਨਹੀਂ, ਇਹੋ ਜਿਹਾ ਜਾਨਵਰ ਹੈ। ਕਹਿੰਦੇ ਉੱਥੇ ਵੀ ਮੇਰੀ ਕਿਰਪਾ ਹੈ। ਫਿਰ ਇੱਕ ਬਚਨ ਹੋਰ ਕਹਿੰਦੇ, ਇੰਨੇ ਜੀਵਾਂ ਦੀ ਮਹਾਰਾਜ ਕਿਵੇਂ ਸੁਰਤ ਸੰਭਾਲ, ਕਿਹੜਾ ਟਾਈਮ ਆ ਉਹ, ਕਦੋਂ ਸੁਰਤ ਸੰਭਾਲ ਐਡੇ ਜੀਵਾਂ ਦੀ ਹੁੰਦੀ ਆ, ਕਿੱਥੇ ਉਹਦੀ ਪੂਰਤੀ, ਮੇਰਾ ਤੂੰ ਕਰਕੇ ਪੇਟ ਦੀ ਪੂਰਤੀ ਕਰਕੇ ਲਿਜਾ ਕੇ ਉਹਨੂੰ ਜਲ ਪਾਣੀ ਦੇ ਕੇ। ਕਈ ਵਾਰ ਆਪਾਂ ਪੱਥਰ ਤੋੜਦੇ ਹਾਂ, ਉਹਦੇ ਵਿੱਚੋਂ ਇੱਕ ਕੀੜਾ ਨਿਕਲਦਾ, ਕੀੜਾ ਉਹਨੂੰ ਕਿਸੇ ਬੰਦੇ ਰਾਜ ਨਹੀਂ ਹੁੰਦਾ, ਗੋਲ ਜਿਹਾ ਘਰ ਬਣੇ ਦਾ ਕਿਸੇ ਮਿੱਟੀ 'ਚ ਵੀ ਹੁੰਦਾ ਉਹ ਮਿੱਟੀ। ਕਈਆਂ ਨਾਲ ਆਪਾਂ ਕੰਮ ਕਰਦੇ ਹਾਂ ਕਿਸਾਨੀ ਦਾ, ਅਤੇ ਉਹ ਨਿਕਲਦੇ ਹੁੰਦੇ, ਕੀੜਾ ਬਣਿਆ ਹੁੰਦਾ ਉਹਦਾ ਘਰ ਜਿਹਾ ਗੋਲ ਜਿਹਾ, ਅਤੇ ਉਹਦੇ ਵਿੱਚ ਇੱਕ ਕੀੜਾ ਹੁੰਦਾ, ਉਹਦੇ ਬੰਦੇ ਕਿਸੇ ਬੰਦੇ ਨਹੀਂ, ਮੂੰਹ ਹੁੰਦਾ ਨਾ ਗੋਲ ਹੀ ਹੁੰਦਾ, ਉਹਦੇ ਵਿੱਚ ਕੀੜਾ ਬੈਠਾ ਹੁੰਦਾ, ਉਹਨੂੰ ਵੀ ਰੋਜ਼ੀ ਦਿੰਦਾ। ਪਰ ਉਹ ਕਹਿੰਦਾ ਸੋ ਦਰ ਕਿਹਾ, ਸੋ ਘਰ ਕਿਹਾ, ਉਹ ਦਰ ਕਿਹੜਾ, ਉਹ ਘਰ ਕਿਹੜਾ, ਪਹਿਲਾਂ ਦਰ ਫੇਰ ਘਰ। ਸੋ ਦਰ ਕਿਹਾ, ਸੋ ਘਰ ਕਿਹਾ, ਜਿੱਤ ਮੈਂ ਸਰਬ ਸੰਭਾਲੇ, ਹੇ ਵਾਹਿਗੁਰੂ ਕਾਲ ਪੁਰਖ, ਉਹ ਦਰ ਉਹ ਘਰ ਕਿਹੋ ਜਿਹਾ ਹੈ ਜਿੱਥੇ ਤੂੰ ਬੈਠ ਕੇ ਇਹਨਾਂ ਜੀਵਾਂ ਦੀ ਸੁਰਤ ਕਰਦਾ, ਧਿਆਨ ਧਰਦਾ ਇਹਨਾਂ ਦਾ, ਵੀ ਇਹਨਾਂ ਨੂੰ ਰੋਜ਼ੀ ਮਿਲ ਗਈ ਸਾਰਿਆਂ ਨੂੰ। ਪੈਗੰਬਰ ਕਹਿਣ ਲੱਗਾ, ਹੇ ਭਗਵਾਨ, ਹੇ ਵਾਹਿਗੁਰੂ, ਇਹ ਜੀਵਾਂ ਨੂੰ ਤੁਸੀਂ ਰੋਜ਼ੀ ਵੰਡਦੇ ਹੋ ਆਪ, ਇਹ ਭਗਵਾਨ ਰੋਜ਼ੀ ਆਪ ਵੰਡਦਾ, ਕੋਈ ਹੋਰ ਭੰਡਾਰੀ ਨਹੀਂ ਉਹਨੇ ਰੱਖਿਆ। ਕਹਿਣ ਲੱਗੇ, ਹੇ ਭਗਵਾਨ, ਮੂਸਾ ਜੀ ਕਹਿਣ ਲੱਗੇ, ਤੂੰ ਸਾਰੇ ਜੀਵਾਂ ਨੂੰ ਰੋਜ਼ੀ ਵੰਡਦੇ ਜੋ, ਇੱਕ ਟਾਈਮ ਦੀ ਰੋਜ਼ੀ ਦੀ ਡਿਊਟੀ ਮੈਨੂੰ ਦਿਓ,
एक टाइम की रोजी थी, ये मैनू वंडन की ड्यूटी थी। भगवान कह लगे हे मूसा, ये जड़ी ड्यूटी है मैं आपके कोले रखदा, किसी नू नहीं दिंदा। ये कहना कह दे जी एक टाइम की दे दो। कह लगे चंगा एक टाइम की तू वंडी। देती एक दिन ड्यूटी मूसे नजीबा रोजी वंडनी सारे 84 लाख जून रोजी वंडदा रहा। वंडी गया वंडी गया। एक मनुख दे बहुता कुकर्म माड़ा कर रहा सी, उहदे कर्मां नूं वेख के ते उहनूं रोटी नहीं दित्ती। मूसे ने उहनूं गफा प्रसादा नहीं दित्ता, उहनूं रोजी नहीं दित्ती। मनुख नूं उह भुखा ही रात भुआ नूं ताणे महिने दिंदा है, ते उधर भगवान की सुरती नहीं लगती। महाराज जी वाजा मारदा तो मैं रोजी नहीं मिली। मूसे नूं सद्या, भगवान जी कहन लगे रोजी वंडती सारे नूं, रोटी देती सारे नूं। कहन लगा जी देती। फिर पुछया कहिंदा देती कि देती। कहन लगे ओ फलाना पुरखिया उहनूं क्यों नहीं रोजी दित्ती। ਉਹ ਮੂਸਾ ਜੀ ਕਹਿਣ ਲੱਗੇ ਹੇ ਭਗਵਾਨ, ਇਹ ਬਹੁਤਾ ਕੰਮ ਉਹ ਕਰਮ ਮਾੜਾ ਕਰ ਰਿਹਾ ਸੀ, ਇਹਨੂੰ ਤਾਂ ਕਰਕੇ ਨਹੀਂ ਰੋਜੀ ਦਿੱਤੀ, ਇਹ ਰੋਜੀ ਦੇ ਹੱਕਦਾਰ ਨੇ। ਭਗਵਾਨ ਕਹਿਣ ਲੱਗੇ ਹੇ ਮੂਸਾ, ਬਸ ਇਹੋ ਹੀ ਗੱਲ ਆ। ਹੋਰ ਭਾਵਾਂ ਡਿਊਟੀਆਂ ਦੇਵਤਿਆਂ ਨੂੰ ਦਿੱਤੀਆਂ, ਪਰ ਜਿਹੜੀ ਰੋਜੀ ਦੀ ਡਿਊਟੀ ਇਹ ਮੈਂ ਆਪਦੇ ਕੋਲੇ ਰੱਖਦਾ। ਜੇ ਮੈਂ ਜੀਵਾਂ ਦੇ ਕਰਮਾਂ ਨੇ ਵੇਖਾਂ ਤੇ ਇਹ ਤਾਂ ਭੁੱਖੇ ਹੀ ਮਰ ਜਾਣਗੇ। ਰੋਜੀ ਦੇਣੀ ਜੋ ਕਰਮ ਆ, ਉਹ ਕਰਮਾਂ ਜਿਹੜਾ ਲਿਖਿਆ ਉਹ ਦੇਣਾ, ਉਹਦੇ ਕਰਮ ਨਹੀਂ ਖੋਣੇ। ਸਾਧ ਸੰਗਤ ਜੀ, ਇਹ ਰੋਜੀ ਜਿਹੜੀ ਹੈ ਪਰਮੇਸ਼ਰ ਨੇ ਦਿੱਤੀ ਹੈ, ਪਰ ਹੋਵੇ ਕਿਹਦੀ ਮਰਜ਼ੀ ਹੈ, ਜਿਹੜਾ ਹਰ ਟਾਈਮ ਪਰਮੇਸ਼ਰ ਨੂੰ ਚੇਤੇ ਰੱਖਦਾ। ਜਿਹਦੇ ਵਿੱਚੋਂ ਹੈਂਕੜ ਮਰ ਗਈ, ਮੈਂ ਮਰ ਗਈ, ਅਤੇ ਦੂਜੇ ਬੰਦੇ ਕਹਿੰਦੇ ਵਾਹਿਗੁਰੂ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਜਪ ਹੋਵੇ ਖੋਈ। ਜਿਹੜਾ ਇਹਨੂੰ ਜਪਦਾ ਨਾ, ਸਤਨਾਮ ਵਾਹਿਗੁਰੂ 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 ਮੰਤਰ ਹੈ, ਬੜਾ ਵੱਡਾ ਮੰਤਰ ਹੈ, ਸੁੱਚਾ ਅਤੇ ਸੱਚਾ ਮੰਤਰ ਹੈ। ਇਹ ਤੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਇਹਨੂੰ ਪੜ੍ਹਿਆ ਵੀ ਜਾਪ ਕਰ ਸਕਦਾ। ਵਾਹਿਗੁਰੂ 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 ਮੰਤਰ ਹੈ, ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਨਾਮ ਸਿਮਰਨਾ, ਜਿਹੜੀ ਗੁਰੂ ਕੀ ਬਾਣੀ ਹੈ, ਜਿੰਨਾ ਚਿਰ ਆਪਾਂ ਮੂੰਹ ਦੇ ਨਾਲ ਇਹਨੂੰ ਜਪਿਆ ਨਾ, ਪੂਰਾ ਰਟਣ ਨਾ ਕੀਤਾ, ਇਹਨੂੰ ਰੱਟਾ ਨਾ ਲਾਇਆ, ਉਹਨਾਂ ਚਿਰ ਹਿਰਦੇ ਦੇ ਵਿੱਚ ਨਹੀਂ ਜਾਣੀ। ਪਹਿਲਾਂ ਇਹਨੂੰ ਉਚਰਨਾ ਪੈਣਾ, ਬੋਲਣਾ ਹੀ ਪੈਣਾ ਮੂੰਹ ਦੇ ਨਾਲ, ਪਰ ਜਾ ਫਿਰ ਇਹ ਮਨ ਕੋਈ ਨਹੀਂ। ਮਨ ਤਾਂ ਉਦਣ ਖਲੋਣਾ ਹੈ ਜਿੱਦਣ ਰੂਹ ਦੇ ਵਿੱਚ ਟਿਕ ਗਿਆ। ਜਿੱਦਣ ਰੂਹ ਦੇ ਵਿੱਚ ਚਲੇ ਗਿਆ ਨਾ, ਜਿਵੇਂ ਉਤਲੇ ਪਾਣੀ ਦੇ ਹੇਠਲੇ ਪਾਣੀ ਦੇ ਨਾਲ ਮੇਲ ਹੋ ਜਾਂਦਾ ਨਾ, ਫਿਰ ਰੋਜ਼ ਪਾਣੀ ਪਾਉਣਾ ਨਹੀਂ ਪੈਂਦਾ, ਫਿਰ ਨਲਕਾ ਗੇੜੋ ਤਾਂ ਪਾਣੀ ਆ ਗਿਆ, ਪਾਣੀ ਨਹੀਂ ਪਾਉਣਾ ਪੈਣਾ। ਇਸੇ ਤਰ੍ਹਾਂ ਨਾਮ ਹੈ ਜਿਹੜਾ, ਜਦੋਂ ਆਪਾਂ ਜਪਦਿਆਂ 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 ਹਿਰਦੇ 'ਚ ਬੰਦਾ ਚਲੇਗੀ, ਰੂਹ ਦੇ ਵਿੱਚ ਆਵਾਜ਼ ਚਲੇਗੀ, ਸੱਚ ਜਾਣਿਓ। ਕਿਤੇ ਬੈਠ ਕੇ ਇਕੱਲੇ ਹਿਰਦੇ ਦੇ ਵਿੱਚ ਜਪਿਓ, ਜੀਭ ਤੋਂ ਬਗੈਰ ਜਪਣਾ ਉਹਨੂੰ, ਸੁਰਤੀ ਨਾਲ ਜਪਿਓ ਅਤੇ ਕੰਨਾਂ ਦੇ ਨਾਲ ਸੁਣਿਓ, ਫਿਰ ਅੰਦਰੋਂ ਆਵਾਜ਼ ਸੁਣਦੀ ਭਲਾ ਤੁਹਾਨੂੰ ਇਹ ਸਭ ਦੀ। ਪਰ ਸੁਣਨੀ ਉਦੋਂ ਆ ਜਦੋਂ ਇਹ ਸਰੀਰ ਨੂੰ ਸੁਣ ਕਰਕੇ ਬੈਠ ਗਏ, ਧਿਆਨ ਧਰ ਕੇ ਬੈਠ ਗਏ। ਇਹ ਨਹੀਂ ਸੁਰਤੀ ਹੋਰ ਕਿਤੇ ਅਤੇ ਮਨ ਹੋਰ ਕਿਤੇ, ਸਰੀਰ ਹੋਰ ਕਿਤੇ ਬੈਠਾ, ਫਿਰ ਨਹੀਂ ਗੱਲ ਬਣਨੀ, ਫਿਰ ਨਹੀਂ ਸੁਣਨਾ ਉਹ। ਜਿਹਦੇ ਵਿੱਚ ਸੱਤਿਆ ਹੈ, ਜਿਹੜੀ ਵਸਤੂ ਰਹਿਣ ਵਾਲੀ ਆ, ਉਹਦੀ ਆਵਾਜ਼ ਸੁਣ, ਧਿਆਨ ਧਰ,
ਵੇਖ ਉਹਨੂੰ ਜਪ। ਜੇ ਤੂੰ ਨਾ ਇੱਧਰ ਧਿਆਨ ਧਰਿਆ ਫਿਰ ਤੇ ਪਸ਼ੂਆਂ ਨਾਲ ਭੈੜਾ। ਨਗਰ ਕੀਰਤਨ ਦਿੱਲੀ ਤੋਂ ਰਵਾਨਾ ਹੋ ਕੇ ਸ਼ਹੀਦਗੰਜੋਂ ਸੀਰ ਭੇਟ ਯਾਤਰਾ, ਨਿਹੰਗ ਸਿੰਘ ਜਥੇਬੰਦੀਆਂ ਦੇ ਘਰੇਟੇ ਗੁਰੂ ਕੇ ਬੇਟੇ ਜਿਹੜੇ ਭਾਈ ਜੈਤਾ ਜੀ ਦੇ ਵਾਰਸ ਨੇ, ਉਹਨਾਂ ਨੇ ਕੱਲ੍ਹ ਨਗਰ ਕੀਰਤਨ ਇੱਥੇ ਰਾਤ ਵਿਸਰਾਮ ਕੀਤਾ ਹੈ। ਹੁਣ ਤਿਆਰੀਆਂ ਹੋ ਰਹੀਆਂ ਅੱਗੇ ਦੀਆਂ, ਇਸ ਤਰ੍ਹਾਂ ਮਜਲੋ ਮਜਲੀ ਜਿੱਥੇ ਜਿੱਥੇ ਬਾਬਾ ਜੀ ਨੇ ਪੜਾਅ ਕੀਤੇ, ਪੜਾਅ ਦਰ ਪੜਾਅ ਕਰਦਿਆਂ ਕਰਦਿਆਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸਪੂਰਤਾਈ ਹੋਣੀ ਜਾ ਕੇ ਉੱਥੇ ਸਮਾਪਤੀਆਂ ਹੋਣੀਆਂ ਨਗਰਾਂ ਕੀਰਤਨ ਦੀਆਂ। ਅੰਮ੍ਰਿਤ ਵੇਲੇ ਹੀ, ਅੰਮ੍ਰਿਤ ਵੇਲਾ ਸੰਭਾਲਣਾ ਬੜਾ ਤਕੜਾ ਕੰਮ ਆ। ਅੰਮ੍ਰਿਤ ਵੇਲੇ ਜਿਹੜੀ ਦਾਤ ਹੈ, ਅਣਮੁੱਲੀ ਦਾਤ ਹੈ, ਪਹਿਲੀ ਸਿੱਖ ਦੀ ਅੰਮ੍ਰਿਤ ਵੇਲਾ ਹੈ। ਕੀ ਕਹਿੰਦੇ ਪਰਮੇਸ਼ਰ? ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਪਹਿਲਾਂ ਕਹਿੰਦੇ ਇਸ਼ਨਾਨ ਕਰ ਮਨੁੱਖ ਨੂੰ, ਪਹਿਰਾ ਇਹ ਆ ਸਿੱਖ ਦਾ ਕਰਮ, ਮਨੁੱਖਾ ਦੇਹੀ ਦਾ। ਸਿੱਖ ਤਾਂ ਕੋਈ ਵੀ ਬਣ ਸਕਦਾ ਹੈ, ਮਾਤਾ ਦੇ ਗਰਭ ਦੇ ਵਿੱਚੋਂ ਤਾਂ ਸਿੱਖ ਹੀ ਆਉਂਦਾ ਹੈ, ਬਾਅਦ 'ਚ ਆਣ ਕੇ ਉਹਦਾ ਧਰਮ ਬਦਲਦੇ ਹਾਂ। ਜੈਸਾ ਮਹਾਰਾਜ ਘੱਲਦਾ ਪਰਮੇਸ਼ਰ ਜੀਵ ਨੂੰ, ਕੋਈ ਉਹਦੇ ਸਰੀਰ ਨੂੰ ਕੋਈ ਹੱਥ ਨਾ ਲਾਵੇ, ਕੀ ਬਣੂ? ਜਟਾ ਜੂਠ ਸਿੱਖ ਕਹਿ ਲਓ। ਅਤੇ ਸਿੱਖ ਦਾ ਪਹਿਲਾ ਮੂਲ ਹੈ ਕਰ ਇਸ਼ਨਾਨ ਅੰਮ੍ਰਿਤ ਵੇਲੇ ਉੱਠ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਪਹਿਲਾਂ ਪਾਣੀ ਦੇ ਮੱਥੇ ਲੱਗੋ, ਜਲ ਪਾਣੀ ਵਰਤੋ, ਕਰੂੜੀ ਕਰੋ, ਪੰਛ ਨਾ ਕਰੋ, ਇਸ਼ਨਾਨ ਕਰੋ। ਕਰਕੇ ਇਸ਼ਨਾਨ ਕਹਿੰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਪ੍ਰਭੂ ਨੂੰ ਯਾਦ ਕਰ ਜਿਹਨੇ ਤੈਨੂੰ ਭੇਜਿਆ, ਜਿਹਨੇ ਤੈਨੂੰ ਇਹ ਦੁਨੀਆ ਵਿਖਾਈ, ਉਹਨੂੰ ਯਾਦ ਕਰਕੇ ਤੇ ਉਹਦਾ ਚੇਤਾ ਧਾਰ, ਧਿਆਨ ਧਾਰ, ਸਿਮਰ ਪ੍ਰਭ ਆਪਣਾ। ਮਨ ਧਰ ਪਾਏ ਅਰੋਗਾ, ਮਨ ਅਤੇ ਤਨ ਜਿਹੜਾ ਹੈ ਦੁੱਖਾਂ ਦਰਿਦਰਾਂ ਰੋਗ ਤੋਂ ਰਹਿਤ ਹੋ ਜੂ, ਦੁੱਖਾਂ ਤੋਂ ਦੂਰ ਹੋ ਜੂਗਾ। ਫਿਰ ਕੋਟ ਬਿਘਨ ਲਾਥੇ ਪ੍ਰਭ ਸਰਨ, ਆ ਪ੍ਰਭੂ ਦੀ ਸਰਨ ਚਾੜ ਕੇ ਨਿਮਸ਼ਕਾਰਾਂ ਕਰਨ ਦੇ ਨਾਲ, ਨਕਮਸਤਕ ਹੋਣ ਦੇ ਨਾਲ, ਪਰਮੇਸ਼ਰ ਨੂੰ ਝੁਕਣ ਦੇ ਨਾਲ, ਫਿਰ ਇਹ ਜਿਹੜੇ ਤੇਰੇ ਅੱਗੇ ਜਿਹੜੇ ਕਰਮ ਆਉਣਗੇ ਉਹ ਸੰਯੋਗ ਜਿਹੜੇ ਭਲੇ ਆਉਣਗੇ, ਪ੍ਰਗਟੇ ਭਲੇ ਸੰਯੋਗਾ। ਕਿੱਡੀ ਦਾਤ ਅੰਮ੍ਰਿਤ ਵੇਲੇ ਦੇ ਪਰਮਾਤਸ਼ਾਹ ਦਿੰਦਾ ਹੈ ਉਹਦੀ ਚਰਨ ਛਰਨ ਵਿੱਚ। ਕਹਿੰਦੇ ਗੁਰੂ ਦੀ ਚਰਨ ਛਰਨ ਵਿੱਚ ਜਾਣ ਦੇ ਨਾਲ ਕਈ ਕਦਮਾਂ ਗੁਰੂ ਅੱਗੇ ਹੋ ਗਏ ਆਉਂਦੇ ਲੈਣ ਵਾਸਤੇ। ਸਿੱਖ ਦਾ ਪ੍ਰੇਮ ਵੇਖ ਕੇ ਭਾਵਾਂ ਆਪਾਂ ਨੂੰ ਨਹੀਂ ਦਿਦੇ, ਉਹ ਕਿਵੇਂ ਪਤਾ ਲੱਗੂ ਸਾਨੂੰ ਜੀ? ਕਿਵੇਂ ਸਾਨੂੰ ਪਤਾ ਲੱਗੂ ਹੁਣ ਦਾ? ਤੁਸੀਂ ਇਹ ਜਾਣਿਓ, ਜਦੋਂ ਤੁਸੀਂ ਘਰ ਦੇ ਵਿੱਚੋਂ ਫੁਰਨਾ ਬਣ ਗਿਆ ਵੀ ਚਲੋ ਗੁਰੂ ਸਾਹਿਬ ਜੀ ਦੇ ਦਰਸ਼ਨ ਨੂੰ ਚੱਲੀਏ, ਮੱਥਾ ਟੇਕ ਕੇ ਆਈਏ, ਮਹਾਰਾਜ ਦੇ ਨਮਸਕਾਰ ਨਹੀਂ ਕੀਤੀ, ਅੰਮ੍ਰਿਤ ਵੇਲਾ ਹੋ ਗਿਆ, ਟਾਈਮ ਹੋ ਗਿਆ, ਚਲੋ ਚੱਲੀਏ, ਸਮਝੋ ਵੀ ਉਦੋਂ ਸਾਨੂੰ ਗੁਰੂ ਲੈਣ ਆਇਆ। ਜੇ ਮਨ ਦੇ ਵਿੱਚ ਪਲੇਰਨਾ ਬਣ ਗਈ ਨਾ ਗੁਰੂ ਸਾਹਿਬ ਦੇ ਦਰਸ਼ਨਾਂ ਦੀ, ਸਮਝੋ ਵੀ ਇਹ ਗੁਰੂ ਲੈਣ ਆਇਆ, ਹਿਰਦੇ 'ਚ ਵੱਸ ਗਿਆ। ਸਰੀਰ ਕਰਕੇ ਨਹੀਂ ਉਹਨੇ ਦੱਸਣਾ, ਸਤਿਗੁਰੂ ਜੀ ਨੇ ਕਿਰਪਾ ਕੀਤੀਆਂ ਹੈ, ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਹੈ। ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਲ ਕਰ ਰੱਖੀ ਮੇਰੀ। ਕਹਿੰਦੇ ਜੋਤ ਵੀ ਉਹ, ਜੁਗਤ ਵੀ ਉਹ, ਜਦੋਂ ਦੀ ਧਰਤੀ ਦੀ ਸਾਜਣਾ ਹੋਈ ਆ, ਜਦੋਂ ਦਾ ਸੰਸਾਰ ਸਾਜਿਆ ਹੈ, ਤੇ ਜੋਤ ਉਦੋਂ ਦੀ ਨਿਰੰਤਰ ਸੰਸਾਰ ਨੂੰ ਤਾਰਦੀ ਆਉਂਦੀ ਆ। ਪਰ ਵੱਡੇ ਕਿਉਂ ਕਿਹਾ ਗਿਆ? ਵੱਡੇ ਤਾਂ ਕਿਹਾ ਗਿਆ ਗੁਰੂ ਨਾਨਕ ਸਾਹਿਬ ਨੂੰ ਜਦੋਂ ਰਾਜੇ ਕਸਾਈ ਬਣ ਚੁੱਕੇ ਸੀ, ਲਕਾਈ ਤੰਗ ਆ ਗਈ ਸੀ, ਸੰਸਾਰ ਸਾਰਾ ਤੰਗ ਆ ਗਿਆ ਸੀ, ਕੋਈ ਕਿਸੇ ਦੀ ਪੁਕਾਰ ਨਹੀਂ ਸੀ ਸੁਣਦਾ। ਧੁੰਦ ਆ ਧੁੰਦ ਨਹੀਂ ਜਿਹੜੀ ਅੰਧੇਰਾ ਕਰਦੀ, ਧੁੰਦ ਇਹ ਧੁੰਦ ਨਹੀਂ ਗੱਲ ਕਰਦੇ, ਉਹ ਤਾਂ ਉਹ ਧੁੰਦ ਦੀ ਗੱਲ ਕਰਦੇ ਆ ਜਦੋਂ ਰਾਜੇ ਕਸਾਈ ਬਣ ਚੁੱਕੇ ਸੀ, ਉਹ ਹਨੇਰਾ ਹੋ ਗਿਆ, ਲੋਕਾਂ ਨੂੰ ਬਹੁਤ ਤੰਗੀ ਆ ਗਈ ਲਕਾਈ ਸਾਰੀ ਨੂੰ।
फिर उथे गुरु नानक की जोत दे विच आप निरंकार परमेश्वर आप आए, वाहगुरु परमेश्वर आप दुनिया से आए काल पुरख उथे फिर सद गाए गए। आप नारायण कला धार जग में परवर हो, सब ते वड्डा सतगुरु नानक जिन कर राखी मेरी। सतगुरु नानक प्रगटिया मिट्टी धुन चक चरण हो, तीन रूहां प्रगटियां तीन, बहुत जन पता नहीं कहड़ी कहड़ी रूह प्रगट। दुनिया के उ तीन प्रगट कह गया, एक तो खालसा प्रगट है परमात्मा की मौज, एक सतगुरु नानक प्रगटिया मिट्टी धुन चक चरण होया, दूजा धन श्री गुरु ग्रंथ साहिब जी। सब सिख को हुक्म है गुरु मान्यो ग्रंथ, गुरु ग्रंथ जी मान्यो प्रगट गुरां की दे। ए तीन प्रगट ने, प्रगट गुरां की दे जो प्रभ को मिलवो चाहे। सतगुरु जी है तो तुसी प्रगट, तो सानू कैसे पता लगे? जे कोई इस वस्तु लैनी आ जां तेरे दर्शन करने आ ते सानू पता नहीं किदा कौन है कित्थे है की आ। सतगुरु जी कहिंदे ददार मेरा खालस जा, परचा शब्द दा जे दर्शन करने आ पूरे बाणी बाणी परपख होवे, पंजा बाणियां दा नेत्रेम ही होवे, सुखड़ी साहिब दा धारनी होवे करन वाला, छात्र पात्र पूरा सजिया होवे, पूरा तैयार पर तैयार खालसा होवे, ओदा दर्शन हो जाए ते मेरा दर्शन आ। कलगी धर दसवें पातशाह कह रहे ने ते महाराज भजन सुनना हो करना हो। सतगुरु जी कहते धन श्री गुरु ग्रंथ साहिब का हुक्मनामा सुन ला, वो विचार अंदर धारण कर ते मेरे ना बचना हो। महाराज जे लैना हो कुछ तो कहते शब्द में जाए चेते कर, हो शब्द में ले जो प्रभु को मिल वो चाहे, प्रभु को मिल के को लेना चाहे तो फिर कहते खो शब्द में ले। तो लेके 18 10 बजे तक भोग पेंदे गुरु की बाणी दे।